ਲਓ ਜੀ, ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਹਾਨੂੰ ਦਿਖਾ ਰਹੇ ਹਾਂ ਜੀ ਵੀਡੀਓ, ਸੋਨਾਲੀਕਾ 60 DI ਮਾਡਲ ਅਤੇ 2007 ਦਾ ਮਾਡਲ ਆ ਜੀ ਇਹ, ਅਤੇ ਅਸੀਂ ਇਹਦਾ ਡਿਸਟ੍ਰੀਬਿਊਟਰ ਲਾਇਆ, ਤੁਹਾਨੂੰ ਹਰੇ ਕਨੈਕਸ਼ਨ ਚੈੱਕ ਕਰਾਵਾਂਗੇ ਜੀ ਅਸੀਂ ਵੀ ਕਿੱਦਾਂ ਲਾਇਆ ਕਿੱਦਾਂ ਲਾਉਣੇ ਆ। ਆਹ ਟਰੈਕਟਰ ਦੇ ਡਿਸਟ੍ਰੀਬਿਊਟਰ ਲਾਇਆ ਜੀ ਅਸੀਂ, ਠੀਕ ਆ ਜੀ। ਆਹ ਡਿਸਟ੍ਰੀਬਿਊਟਰ ਆ ਉਹ, ਠੀਕ ਆ, ਅਤੇ ਇਹਦੇ ਦੋਨੇ ਪਾਸੇ ਨੂੰ ਕੰਮ ਕਰੂਗਾ, ਅੱਗੇ ਨੂੰ ਵੀ ਪਿੱਛੇ ਨੂੰ ਵੀ, ਠੀਕ ਆ। ਨਾਲ ਲੈਫਟ ਵੀ ਚੱਕੀ ਜਾਂਦੀ ਆ, ਸਿੰਗਲ ਲੈਫਟ ਪੰਪ ਦੇ ਉੱਪਰ ਆ, ਅਤੇ ਤੁਹਾਨੂੰ ਲੈਫਟ ਵੀ ਚੁੱਕਾ ਕੇ ਦਿਖਾਉਂਦੇ ਹਾਂ, ਲੈਫਟ ਵੀ ਚੱਕ ਵੀ ਮਤਲਬ ਇਹਦੇ ਲੈਫਟ ਵੀ ਚੱਕਦਾ, ਠੀਕ ਆ ਜੀ। ਦੂਜਾ ਲੀਵਰ ਵੀ ਲਾ ਨਾਲ ਬਈ, ਲੋਡ ਵੀ ਮੰਨਦਾ, ਠੀਕ ਆ ਜੀ। ਇਹ ਡਿਸਟ੍ਰੀਬਿਊਟਰ ਆ ਜੀ, ਦੋ ਇਹਦੀਆਂ ਮੇਨ ਪਿੱਪਾਂ ਚਲੀ ਗਈਆਂ ਜਿਹੜੀਆਂ ਲੋਡ ਵਾਲ ਨੂੰ ਕੰਟਰੋਲ ਕਰਦੀਆਂ ਮਗਰ ਜਾਂਦੀਆਂ ਵਾ, ਮੇਲ ਫੀਮੇਲ ਨੂੰ। ਇੱਕ ਇਹਦੀ ਇਹਦੇ 'ਚੋਂ ਮੇਨ ਐਂਟਰੀ ਕਰ ਗਈ ਜੀ, ਇੱਕ ਇਹਦੀ ਵਾਪਸੀ ਆ ਕੰਟੀਨਿਊ, ਜਿਹੜੀ ਜਦੋਂ ਆਪਾਂ ਨਹੀਂ ਲੈਣਾ ਲੀਵਰ ਤੋਂ ਕੰਮ, ਨਾਲ ਲੈਫਟ ਨੂੰ ਸਪਲਾਈ ਦਿੰਦੀ ਆ, ਇੱਕ ਸਿੱਧੀ ਟਾਪੇ ਚਲੇਗੀ। ਅਤੇ ਫਿਰ ਵੀ ਜੇ ਕਿਸੇ ਵੀਰ ਨੂੰ ਨਾ ਪਤਾ ਲੱਗੇ ਤਾਂ ਸਾਨੂੰ ਇਸ ਨੰਬਰ 'ਤੇ ਕਾਲ ਕਰ ਲਿਓ, ਅਤੇ ਮਾਲਵਾ ਟਰੈਕਟਰ ਵਰਕਸ ਦਾ ਨੰਬਰ 98782 7735 ਜੀ। ਅਤੇ ਆਹ ਕਨੈਕਸ਼ਨ ਕੀਤਾ ਜੀ ਅਸੀਂ, ਇਹ ਲੇਜਰ ਨੂੰ ਵੀ ਕੰਮ ਕਰੂਗਾ, ਟਰਾਲੀ ਨੂੰ ਵੀ ਕੰਮ ਕਰੂਗਾ, ਪਲਾਓ ਲੈਂਪਾਂ ਨੂੰ ਵੀ ਕੰਮ ਕਰੂਗਾ, ਜਿਹਨੂੰ ਜਿਹੜਾ ਮਰਜ਼ੀ ਇਹ ਤੋਂ ਕੰਮ ਲੈ ਸਕਦੇ ਹੋ ਤੁਸੀਂ ਜੀ। ਬਹੁਤ ਬਹੁਤ ਧੰਨਵਾਦ ਜੀ।